ਕਾਲਾ ਪਰਨਾ ਮੰਨ ਗਿਆ ਹੈਗਾ ਉਹ ਤਾਂ ਐ ਲੱਗੂ ਜਿਵੇਂ ਧਰਨਾ ਲਾਉਣ ਆਇਆ ਹੁੰਦਾ ਐ ਜਬ ਨਾਲ ਲੈ ਚੱਲ ਆਹ ਦੇਖੋ ਸਿਰਾਈ ਕੀਤਾ ਬਿਆ ਯਾਰ ਹਾਂਜੀ ਸਤਿ ਸ੍ਰੀ ਅਕਾਲ ਵੀਰੋ ਤੇ ਭਰਾਵੋ ਅੱਜ ਆਪਾਂ ਚੱਲੇ ਆ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਕੱਲ੍ਹ ਵੀ ਰਹਿਣਾ ਉੱਥੇ ਅੱਜ ਦੀ ਰਾਤ ਵੀ ਰਹਿਣਾ ਅਤੇ ਕੱਲ੍ਹ ਦੀ ਰਾਤ ਵੀ ਰਹਿਣਾ ਅਤੇ ਪਰਸੋਂ ਨੂੰ ਆਵਾਂਗੇ ਸਵੇਰੇ ਹੈ ਨਾ ਸਵੇਰੇ ਨਹੀਂ ਮਤਲਬ ਦੁਪਹਿਰੇ ਹੀ ਆਵਾਂਗੇ ਅਤੇ ਜਾਣਾ ਹੈ ਬਣਿਆ ਮੇਰੇ ਆੜੀਆਂ ਨੂੰ ਕੰਮ ਜਿਹਾ ਸੀਗਾ ਉੱਥੇ ਅਤੇ ਅਸੀਂ ਜਦੋਂ ਸੋਚਿਆ ਚਲੋ ਵੀ ਗੁਰਦੁਆਰੇ ਚੱਲਦੇ ਹਾਂ ਹੁਣ ਨਾਲੇ ਮੱਥਾ ਟੇਕਿਆ ਜਾਊਗਾ ਅਤੇ ਨਾਲੇ ਤੁਹਾਨੂੰ ਦਰਸ਼ਨ ਕਰਾਵਾਂਗੇ ਵਲੌਗ ਬਣਾ ਦਾਂਗੇ ਅੰਦਰ ਤਾਂ ਕਹਿੰਦੇ ਸ਼ਾਇਦ ਬੋਲਣ ਨਹੀਂ ਦਿੰਦੇ ਹੈਗੇ ਚਲੋ ਜਿਹੋ ਜਿਹਾ ਬਣਿਆ ਤੁਹਾਨੂੰ ਫਿਰ ਵੀ ਦਰਸ਼ਨ ਜ਼ਰੂਰ ਕਰਾਵਾਂਗੇ ਅਤੇ ਆਪਾਂ ਤਿਆਰ ਤਿਉ ਤਾਂ ਹੋ ਗਏ ਤੁਹਾਨੂੰ ਦਿਖਦਾ ਹੀ ਹੋਊਗਾ ਅਤੇ ਪਹਿਲਾਂ ਆਪਾਂ ਪਾਏ ਸੀਗਾ ਚਿੱਟੇ ਬੂਟ ਯਾਰ ਫਿਰ ਮੈਂ ਸੋਚਿਆ ਆਪਾਂ ਜਾਣਾ ਟ੍ਰੇਨ 'ਚ ਆ ਪਰ ਫਿਰ ਮੈਂ ਸੋਚਿਆ ਵੀ ਟ੍ਰੇਨ 'ਚ ਯਾਰ ਪੈਰ ਨਾ ਮਿਲਣ ਲੋਕ ਹੋਰ ਬੂਟ ਗੰਦੇ ਹਨ ਫਿਰ ਆਪਾਂ ਆਹੀ ਪਾ ਲਏ ਯਾਰ ਅਤੇ ਭਰਾਵੋ ਤੁਹਾਨੂੰ ਪਤਾ ਹੀ ਆ ਵੀ ਚਿੱਟੇ ਬੂਟ ਹੋਰ ਛੇਤੀ ਗੰਦੇ ਜਾਂਦੇ ਨੇ ਹੈ ਨਾ ਇਸ ਲਈ ਫਿਰ ਆਪਾਂ ਸੋਚਿਆ ਵੀ ਰਹਿਣ ਹੀ ਦਿੰਦੇ ਹਾਂ ਆਹੀ ਪਾ ਲੈਂਦੇ ਹਾਂ ਬਰਾਊਨ ਜੇ ਅਤੇ ਚਲੋ ਮਿਲਦੇ ਹਾਂ ਟ੍ਰੇਨ 'ਚ ਦਿਖਾਉਂਦੇ ਸਾਰਾ ਜਸ਼ਨ ਛੱਡਣ ਚੱਲਿਆ ਕਹਿੰਦੇ ਆਪਾਂ ਨੂੰ ਟ੍ਰੇਨ 'ਚ ਲਾਉਣ ਚੱਲਿਆ ਕਹਿੰਦੇ ਬੰਦੇ ਹੋ ਗਏ ਲੋੜ ਅੱਛਾ ਓਏ ਉਹ ਚਾਚਾ ਕਹਿੰਦੇ ਬੂਤੀ ਵੀ ਲਗਾਉਂਦੇ ਹੈਗੇ ਲੰਘਦੇ ਜੂਸ ਕਿਹੜਾ ਪੀਣਾ ਮੈਂ ਬੜਾ ਮਾਂ ਗੱਲ ਆ ਕੋਈ ਦੱਸ ਕਿਹੜਾ ਪੀਣਾ ਆ ਜਾਓ ਲਓ ਮੇਰੇ ਵੀਰੋ ਆਪਾਂ ਪਹੁੰਚ ਗਏ ਲੁਧਿਆਣੇ ਵਾਲੇ ਰੇਲਵੇ ਸਟੇਸ਼ਨ ਤੇ ਜਸ਼ਨ ਲਾ ਗਿਆ ਸੀਗਾ ਤੇ ਆਹ ਦੇਖੋ ਮੁੰਡਾ ਪੂਰੀ ਤਿਆਰੀ ਨਾਲ ਜਾ ਰਿਹਾ ਤੇ ਦਿਖਾਉਣੇ ਤੈਨੂੰ ਟ੍ਰੇਨ ਦਾ ਸਫ਼ਰ ਅੱਜ ਮਸਾਂ ਹੀ ਪਹੁੰਚਿਆ ਬਾਹਲਾ ਜਾਮ ਸੀਗਾ ਯਾਰ ਤਾਂ ਕਰਕੇ ਟਾਈਮ ਲੱਗ ਗਿਆ ਨਹੀਂ ਤਾਂ ਬਿੰਦ ਲਾਉਣਾ ਚਲੋ ਦਿਖਾਉਣੇ ਤੁਹਾਨੂੰ ਟ੍ਰੇਨ ਹਾਂ ਇੱਧਰੋਂ ਮਿਲੋ ਟਿਕਟ ਓਏ ਸਾਡਾ ਮੋਟਾ ਭਾਈ ਟਿਕਟ ਲੈ ਕੇ ਦਊ ਸਾਨੂੰ ਸਾਨੂੰ ਤਾਂ ਪਤਾ ਨਹੀਂ ਕਿੱਥੋਂ ਮਿਲਦੀ ਆ ਮੋਟਾ ਭਾਈ ਸਾਡਾ ਕਾਲਾ ਪਰਨਾ ਬੰਨ ਗਿਆ ਹੈਗਾ ਉਹ ਤਾਂ ਐਂ ਲੱਗੂ ਜਿਵੇਂ ਧਰਨਾ ਲਾਉਣ ਆਇਆ ਹੁੰਦਾ ਕਾਲਾ ਪਰਨਾ ਬੰਨ ਕੇ ਲਓ ਜੀ ਇੱਥੋਂ ਮਿਲਦੇ ਆ ਟਿਕਟ ਐਂ ਹੁਣ ਤੁਸੀਂ ਆ ਕੈਸ਼ੀਅਰ ਆ ਚੱਲੇ ਆ ਟਿਕਟ ਲੈਣ ਕਹਿੰਦੇ ਦੇ ਜਾ ਮੇਰੇ ਵੀਰੋ ਟਿਕਟ ਲੈ ਕੇ ਕਹਿੰਦੇ ਲਈ ਨਹੀਂ ਪਹਿਲੀ ਦੇਖੀ ਗਲਤ ਹੀ ਲੱਗ ਗਿਆ ਕਿਤੇ ਚੱਲ ਜਾਣ ਸਾਲਾ ਹੀ ਲਓ ਮੇਰੇ ਵੀਰੋ ਟਿਕਟ ਆਪਾਂ ਲੈ ਲਈਏ ਕਿੰਨੇ ਦੀ ਆ ਸਾਢੇ 300 ਦੀ ਆ 320 ਦੀ ਆਈ ਯਾਰ ਚਾਰ ਟਿਕਟਾਂ ਬਾਈ ਤੇ ਆਪਾਂ ਲੈਣੀਆਂ ਨੇ 12:45 ਦੀ ਉਹ ਆ ਟ੍ਰੇਨ ਤੇ 12 ਵੱਜ ਗਏ ਨੇ ਨਹੀਂ ਨਹੀਂ ਖੜ ਦੇ ਇੱਕ ਮਿੰਟ ਦਾ ਧਿਆਨ 12 ਵੱਜ ਗਏ ਨੇ ਆ ਦੇਖ ਇਹ ਨੰਬਰ ਦੇਖੀ ਚਲੋ ਦਿਖਾਉਂਦੇ ਆ ਤੁਹਾਨੂੰ ਟ੍ਰੇਨ 'ਚ ਬਹਿ ਕੇ ਅੱਜ ਲਓ ਜੀ ਆ ਦੇਖੋ ਆਪਾਂ ਬਹਿ ਗਏ ਆ ਕੇ ਇੱਥੇ ਟ੍ਰੇਨ ਦਾ ਲਿਆ ਤਾਂ ਪਤਾ ਹੈ ਨਹੀਂ ਕਦੋਂ ਆਊ ਕਦੋਂ ਨਹੀਂ ਰੱਬ ਦਾ ਨਾਮ ਹੈ ਮਤਲਬ ਇੱਕ ਤਰ੍ਹਾਂ ਦਾ ਕਦੇ ਵੀ ਆ ਸਕਦੀ ਆ ਟ੍ਰੇਨ 'ਚ ਬਹਿ ਗਏ ਲੁਧਿਆਣੇ ਖੜੇ ਹਾਂ ਮੈਂ ਤੁਰਨ ਵਾਲੀ ਆ ਟ੍ਰੇਨ ਉਹ ਦੀਪਾਂ ਦਾ ਡੱਬਾ ਦਾ ਉੱਧਰ ਜਿਹਾ ਇੱਧਰ ਬਣਾ ਰਿਹਾ ਦੀਪਾਂ ਨੂੰ ਉਹ ਸਾਹਮਣੇ ਉਹ ਦੂਜੀ ਟ੍ਰੇਨ ਇਹ ਨਹੀਂ ਤਾਂ ਕੋਲ ਵਾਲੇ ਉੱਧਰ ਸੀਗਾ ਅੱਜ ਵੀ ਡੰਦਰ ਕਹਿੰਦੇ ਮੇਰੇ ਵੀਰੋ ਰਿਛ ਸਹਿਮਾਨ ਉੱਤਰ ਗਏ ਨੇ ਥੱਲੇ ਰਿਛ ਸਾਡੇ ਆਪਾਂ ਪਹੁੰਚ ਗਏ ਬਾਈ ਅੰਮ੍ਰਿਤਸਰ ਤੇ ਹੁਣ ਦੇਖਦੇ ਹਾਂ ਕਿੱਧਰ ਨੂੰ ਜਾਣਾ ਮੇਰੇ ਵੀਰੋ ਆ ਜਾਓ ਉੱਧਰੋਂ ਦੂਰ ਇੱਧਰੋਂ ਆ ਜਾਓ ਕਿੱਧਰ ਨੂੰ ਜਾਣਾ ਭਈਆ ਲੋਕ ਭਈਆ ਲੋਕ ਕਿੱਧਰ ਨੂੰ ਜਾਣਾ ਭਈਆ ਲੋਕ ਚਲੋ ਜੀ ਪੰਜਾਬ ਤੋਂ ਚਾਵਲ ਲਗਾ ਕੇ ਆ ਗਏ ਹੁਣ ਚੱਲਿਆ ਵਾ ਉਹਦੇ ਬਿਹਾਰ ਨੂੰ ਚਲੋ ਲਓ ਮੇਰੇ ਵੀਰੋ ਆਪਾਂ ਪਹੁੰਚ ਗਏ ਹਾਂ ਅੰਮ੍ਰਿਤਸਰ ਗੁਰਦੁਆਰੇ ਦੇ ਕੋਲ ਤੇ ਆ ਦੇਖੋ ਇਹਨਾਂ ਨੇ ਰੂਮ ਵਾਲਾ ਹੁਣੇ ਫੜ ਲਿਆ ਦੱਸ ਹਲੇ ਬੜੇ ਹੈ ਇਹਨਾਂ ਨੇ ਪਹਿਲਾਂ ਨੀ ਰੂਮ ਵਾਲੇ ਨਾਲ ਉਹ ਕਰਨ ਲੱਗ ਗਏ ਆਰਾਮ ਕਰਨ ਉਹ ਬਹੁਤ ਆਇਆ ਨਾ ਤੂੰ ਖੜ ਕੇ ਪੈ ਕੇ ਆਇਆ ਮੱਝ ਵਾਂਗ ਲਾਚਰ ਗਏ ਕਿਵੇਂ ਰਿਹਾ ਬਈ ਐਕਸਪੀਰੀਅੰਸ ਤੇਰਾ ਪਹਿਲੀ ਵਾਰ ਪਹਿਲੀ ਵਾਰ ਟ੍ਰੇਨ ਚੜਿਆ ਕਿਵੇਂ ਲੱਗਿਆ ਬਈ ਜਿਹੜਾ ਬਾਬਾ ਮਿਲਿਆ ਸੀ ਉਹਨੇ ਵਾਧਣ ਆਨੰਦ ਲਾ ਦਾ ਅੱਗੇ ਦੇਖਦੇ ਹਾਂ
लो मेरे वीरो पहुंच गया पर रूम च ते आ पए ने अपने चोबर आराम कर रहे ने ते आठ ने जावांगे बाहर किन्ने बज गए 4:30 हो गए मतलब 6:30-5 बजे जावांगे थोड़ी जी है ना ठंडा जा हो जूगा बाहर ते इत्थे तां मींह पिया होया अपने नाल उधर मींह पिया नहीं आया सीगा ते अरे किवें आ दस दे माड़ा जिहा लोटा कहना फिर कानू थानू बहुत बड़ा सरप्राइज देवांगे थानू कानू आथणे चाचा किन्ने क बजे 7 बजे तो बाद कानू ते परसों नू थानू मूंह जरूर दिखावांगे आ दो बंदिआं दे इहदा ते इहदा जे तां आ ते जिवें हुण हसदा जे ऐं हसदा होवे तां समझ जिओ वी कम भार आ वी जे आए मूंह लमका के फिर समझ जिओ बस डुब के हाँ थानू मैदान जितने तो बाद दसांगे हले थानू दसणा नहीं यार ये सरप्राइज है यार एक तरह का ते चलो करदे आं राम राम थानू आथणे दिखाउणे आं बाहर रौनक रौनक मेला चलो ते मेरे वीरो हुण आपां चले आं बाहर गेड़ा गुड़ा देण दिखाउणे आ जाके ते बंदा इन्हां ने करता बाद च बंदा कहनू ओए तू बंदे गिण च गिणदा नू कहिंदे रिच कहिंदा इन्हां ने बाथरूम च बंद करता उन्हें कंध तोड़ देनी आ खोल लो ਤੱਕਾ ਕਰਦੇ ਹੋ ਰਿਛ ਨਾਲ ਵਿਚਾਰੇ ਨਾਲ ਆਹ ਦੇਖੋ ਕੀ ਕਰਦੇ ਨੇ ਆ ਗਿਆ ਰਿਛ ਕਹਿੰਦੇ ਇਹ ਦੇਖੋ ਰਿਛ ਇਹੋ ਜਿਹਾ ਕਹਿ ਦੇਖਿਆ ਫੋਨ ਵੀ ਆ ਰਿਛ ਕੋ ਚਲੋ ਵੇ ਚੱਲੀਏ ਉਹਦਾ ਲੜੇ ਪੈਣ ਉੱਡਦਾ ਹੀ ਨਹੀਂ ਆ ਚੱਲੀਏ ਤੇਰਾ ਕੀ ਹੋਣਾ ਓਏ ਚਲੋ ਬਸ ਛੱਡੋ ਸਟਾਰ ਬੰਦ ਪੀਤੀ ਆ ਪੀਰੀ ਆ ਛੱਡੋ ਪਿੰਡਾ ਨੂੰ ਪੀਰੀ ਆ ਤਾਂ ਪੀ ਕੇ ਦਿਖਾਵਾਂਗੇ ਫਿਰ ਤੇ ਆਪਾਂ ਆ ਗਏ ਸੀਗੇ ਬਾਹਰ ਹੁਣ ਇੱਥੇ ਦੇਖਦੇ ਆ ਮਾਰਕੀਟ ਚ ਕਿਹੜਾ ਕਿਹੜਾ ਦਿੰਨੇ ਆ ਤੇ ਮੱਥਾ ਤਾਂ ਆਪਾਂ ਕੱਲ ਸਵੇਰੇ ਉੱਠ ਕੇ ਟੇਕਾਂਗੇ ਨਾ ਪਾਲਕੀ ਸਾਹਿਬ ਵੇਲੇ ਹੈ ਨਾ 4 ਵਜੇ ਆਉਂਦੀ ਹੁੰਦੀ ਜਦੋਂ 4 ਵਜੇ ਆਉਂਦੀ ਹੁੰਦੀ ਆ ਤੇ ਉਦੋਂ ਇਸ਼ਨਾਨ ਕਰਕੇ ਨਾ ਆਪਾਂ ਉਦੋਂ ਹੀ ਮੱਥਾ ਟੇਕਾਂਗੇ ਤੇ ਹੁਣ ਆਪਾਂ ਇੱਥੇ ਮਾਰਕੀਟ ਚ ਦਿੰਨੇ ਆ ਕਿਹੜਾ ਕਿਹੜਾ ਖਾਣੇ ਪੀਣੇ ਯਾਰ ਭੁੱਖ ਲੱਗੀ ਪਈ ਆ ਚਲੋ ਦਿਖਾਉਂਦੇ ਆ ਤੇ ਬਾਬੇ ਤੁਹਾਨੂੰ ਦਿਖਾਉਣਾ ਜੱਲੇ ਵਾਲਾ ਬਾਗ ਮਨ ਬਣਾਈ ਮਾੜੀ ਓਏ ਹਾਈ ਘਰ ਜਿੱਥੇ ਡਾਣਾ ਪਿਆ ਮੋਸੇ ਜੱਲੇ ਵਾਲਾ ਬਾਗ ਆ ਜੀ ਜਿਹਨੇ ਨਹੀਂ ਦੇਖਿਆ ਤਾਂ ਦਿਖਾਉਣਾ ਆ ਸਾਰੇ ਦਿਖਾ ਦੇ ਇਧਰ ਉਧਰ ਚੱਲਦੇ ਆ ਜੱਟ ਇਧਰ ਨਾ ਉਧਰ ਕੀ ਹੈ ਘੰਟਾ ਬਾਹਲੀ ਆ ਸਾਨੂੰ ਘੱਟ ਵਾਲੇ ਆਏ ਨੀ ਨਾ ਕਦੇ ਮੈਂ ਇੱਕ ਵਾਰ ਹੀ ਆਇਆ ਉਧਰ ਨੇ ਗੋਲੀਆਂ ਨਿਸ਼ਾਨ ਦਮਨ ਦੇਖ ਲੋ ਭਰਾਵੋ ਜੀ ਨੇ ਨਹੀਂ ਦੇਖਿਆ ਖੁਸ਼ਹਾਲ ਮਾਰੀ ਸੀ ਬਾਬੇ ਪੁਰਾਣੀ ਉਹ ਜਗ੍ਹਾ ਰੱਖੀ ਹੋਈ ਆ ਨਾ ਹੈ ਨਾ ਪੇਪਰ ਇਹ ਤੋੜੀ ਨੀ ਗਈ ਹੈ ਤੇ ਆਹ ਦੇਖ ਲਿਓ ਪੜ੍ਹ ਲਿਓ ਤੇ ਆ ਸਾਰੀ ਉਹ ਪੁਰਾਣੀ ਜਗ੍ਹਾ ਰੱਖੀ ਹੋਈ ਆ ਆਹ ਦੇਖ ਲਓ ਗੋਲੀਆਂ ਦੇ ਨਿਸ਼ਾਨ ਵਾਲੇ ਤਾਂ ਕਰੋ ਮਹੀਨੇ
ਇਹਦੇ ਨਾਲ ਕੋਈ ਛੇੜ ਖਾਣ ਨਹੀਂ ਕੀਤੀ ਇਹ ਸਾਰਾ ਉਵੇਂ ਆ ਪੁਰਾਣਾ ਕੀ ਆ ਅੱਛਾ ਹਾਂ ਇਦੋਂ ਵੀ ਨੀਵਾਂ ਆਊਗਾ ਦੇਖ ਲਓ ਕਿੰਨਾ ਨੀਵਾਂ ਨਾ ਅਤੇ ਇਦੋਂ ਵੀ ਹੋਰ ਵੀ ਨੀਵਾਂ ਆਊਗਾ ਮੇਰੇ ਹਿਸਾਬ ਨਾਲ ਤਾਂ ਦੇਖੋ ਕਿੰਨਾ ਭਰਤ ਪਿਆ ਅਤੇ ਗੋਲੀਆਂ ਨਿਸ਼ਾਨ ਹਾਂ ਕਿੰਨੇ ਨੀਵੇਂ ਨਿਸ਼ਾਨ ਨੇ ਅਤੇ ਤੁਹਾਨੂੰ ਹੋਰ ਦਿਖਾਉਂਦੇ ਉੱਧਰ ਵੀ ਵੱਜੀਆਂ ਨੇ ਗੋਲੀਆਂ ਆਇਓ ਉੱਥੇ ਦਿਖਾ ਦਈਏ ਉੱਧਰਲੀ ਸਾਈਡ ਵੱਜੀਆਂ ਨੇ ਉਹ ਦੇਖੋ ਉੱਥੇ ਦਿਖਾਉਂਦੇ ਤੁਹਾਨੂੰ ਕੋਲ ਜਾ ਕੇ ਚਲੋ ਚਲੋ ਜੀ ਚਲੋ ਬਾਬੇ ਉਰੇ ਵੀ ਆ ਜਗ੍ਹਾ ਉਰੇ ਵੀ ਗੋਲੀਆਂ ਜਿਹੀਆਂ ਲੱਗੀਆਂ ਨਿਸ਼ਾਨ ਨੇ ਅਤੇ ਆਹ ਦੇਖਿਓ ਉਰੇ ਵੀ ਪੜ੍ਹ ਲਿਆ ਉਦਾਂ ਰੋਕ ਕੇ ਵੀਡੀਓ ਉਰੇ ਵੀ ਭਰਤ ਪਿਆ ਹੋਊ ਵਿਪਨ ਹੈ ਨਾ ਮਿਲਦਾ ਤਾਂ ਹੈ ਨਹੀਂ ਬਾਈ ਉਹਨੂੰ ਲੈ ਪਿਆ ਹੀ ਹੋਊ ਆਹ ਦੇਖੋ ਉਰੇ ਵੀ ਕਿੰਨੀਆਂ ਗੋਲੀਆਂ ਦੇ ਨਿਸ਼ਾਨ ਨੇ ਕਿੱਡਾ ਮੋਰ ਕੀਤਾ ਕਹਿੰਦਾ ਲਿਆ ਪੰਜਾਬੀ ਵਾਲਾ ਬਾਬੇ ਗੋਲੀਆਂ ਤੋਂ ਬਚਣ ਦੇ ਲੋਕ ਹੈ ਨਾ ਇਹਦੇ ਵਿੱਚ ਛਾਲ ਮਾਰ ਗਏ ਦੇਖੋ ਕਿੱਡਾ ਵੱਡਾ ਮੈਂ ਦਿਖਾਈਆਂ ਦੂਰੋਂ ਦੇਖੋ ਖਾਸਾ ਡੂੰਘਾ ਉੱਤੋਂ ਦੀਦਾ ਵੀ ਨਹੀਂ ਗਾ ਵੀ ਕਿੰਨਾ ਕੁ ਡੂੰਘਾ ਹੋਊਗਾ ਇਹਦੇ ਵਿੱਚ ਛਾਲ ਮਾਰ ਤੁਸੀਂ ਦੇਖੋ ਜਾਨ ਇੱਧਰ ਵੀ ਦੇਖੋ ਜੀ ਗੋਲੀਆਂ ਨਿਸ਼ਾਨ ਇੱਧਰ ਵੀ ਮਤਲਬ ਸਾਰੇ ਪਾਸੇ ਤੁਹਾਨੂੰ ਪਤਾ ਹੀ ਆ ਨਾ ਜਦੋਂ ਹੋਇਆ ਸੀਗਾ ਹਮਲਾ ਸਾਰੇ ਪਾਸੇ ਹੀ ਹੋਏ ਨੇ ਗੋਲੀਆਂ ਨਿਸ਼ਾਨ ਤਾਂ ਇੱਥੇ ਮੈਨੂੰ ਲੱਗਦਾ ਸੇਮ ਚੀਜ਼ ਹੀ ਦਿਖੀ ਗਿਆ ਸਾਰਿਆਂ ਕਿਤੇ ਚੀਜ਼ਾਂ ਦੱਸਿਆ ਹੋਇਆ ਵੀ ਕਿੰਨੀਆਂ ਕਿੰਨੀਆਂ ਗੋਲੀਆਂ ਨੇ ਅਤੇ ਆਹ ਬਸ ਉਰੇ ਗੋਲੀਆਂ ਨਿਸ਼ਾਨ ਅੰਮ੍ਰਿਤਸਰ ਦੇ ਸਪੈਸ਼ਲ ਨੇ ਬਾਈ ਇਹ ਛੋਲੇ ਗੋਲ ਦੇ ਖਾਣ ਲੱਗੇ ਹਾਂ ਅਤੇ ਖਾ ਕੇ ਦੱਸਦੇ ਉਹਨਾਂ ਨੂੰ ਕਿਹੋ ਜਿਹੇ ਨੇ ਲੱਗਦੇ ਤਾਂ ਵੈਸੇ ਵਧੀਆ ਨੇ ਦੇਖਦੇ ਹਾਂ ਸਿਰਾ ਕਰਾਇਆ ਪਿਆ ਕਹਿੰਦੇ ਬਾਹਲੇ ਸਵਾਦ ਸੀਗੇ ਕਹਿੰਦੇ ਇੱਕ ਇੱਕ ਹੋਰ ਖਾਣ ਲੱਗੇ ਨੇ ਚੋਪਰ ਲੈ ਬਾਈ ਬਾਹਲੇ ਚਟਣੀ ਵੀ ਪਾ ਦੀ ਯਾਰ ਅਤੇ ਬਹੁਤ ਸਵਾਦ ਸੀ ਯਾਰ ਖਾ ਕੇ ਜ਼ਰੂਰ ਦੇਖਿਓ ਜੀ ਅੰਮ੍ਰਿਤਸਰ ਆਏ ਹੈ ਨਾ ਛੋਲੇ ਕੁਲਚੇ ਆਪਾਂ ਖਾ ਲਏ ਸੀਗੇ ਛੋਲੇ ਕੁਲਚੇ ਅਤੇ ਦੇਖੋ 7 ਵਜੇ ਦਾ ਟਾਈਮ ਹੋ ਚੱਲਿਆ ਅਤੇ ਹਨੇਰਾ ਜਿਹਾ ਹੋ ਗਿਆ ਦੇਖੋ ਦਿਖਾਉਂਦੇ ਤੁਹਾਨੂੰ ਉੱਧਰ ਜਾ ਕੇ ਕਿੰਨਾ ਸੋਹਣਾ ਲੱਗਦਾ ਹੁੰਦਾ ਆਹ ਦੇਖੋ ਬਾਬੇ ਉਹ ਹਨੇਰਾ ਹੋ ਚੁੱਕਿਆ ਥੋੜ੍ਹਾ ਥੋੜ੍ਹਾ ਦੇਖ ਹੀ ਚੁੱਕਿਆ ਤੁਸੀਂ ਅਤੇ ਲਾਈਟਾਂ ਲੱਗ ਚੁੱਕੀਆਂ ਨੇ ਅਤੇ ਦੇਖੋ ਕਿੰਨਾ ਸੋਹਣਾ ਲੱਗਦਾ ਯਾਰ ਪੂਰਾ ਸਿਰਾ ਲੱਗਦਾ ਲਾਈਟਾਂ ਦੀ ਉਹ ਇੱਧਰ ਉਹ ਜਲਿਆਂਵਾਲਾ ਬਾਗ ਹੈ ਨਾ ਅਤੇ ਆਪਾਂ ਉਲਟ ਜਾ ਰਹੇ ਉੱਧਰ ਨੂੰ ਦਿਖਾਉਂਦੇ ਹਾਂ ਸਾਨੂੰ ਲਾਈਟਾਂ ਲੁੱਟਾਂ ਮਾਰਦੇ ਪੂਰਾ ਸਿਰਾ ਕੀਤਾ ਹੋਇਆ ਯਾਰ ਬਾਕੀ ਕੰਨ ਦਿਖਾਵਾਂਗੇ ਤੁਹਾਨੂੰ ਸਵੇਰੇ 4 ਵਜੇ ਬਾਈ ਸਵੇਰੇ ਸਵੇਰੇ ਪਾਲਕ ਸਾਹਿਬ ਹੈ ਨਾ ਸਾਰੀ ਰਾਤ ਹੀ ਮਤਲਬ ਸੰਗਤ ਆਈ ਜਾਂਦੀ ਹੈ ਨਾ ਮੈਂ ਸਾਰੀ ਰਾਤ ਆਈ ਜਾਂਦੀ ਹੈ ਨਾ ਸਾਰੀ ਰਾਤ ਹੀ ਆਈ ਜਾਂਦੀ ਹੈ ਘੱਟ ਨਹੀਂ ਘੱਟਦਾ ਹਾਂ ਅਤੇ ਸਵੇਰੇ ਫਿਰ ਹਾਂ ਉੱਠ ਕੇ ਇਸ਼ਨਾਨ ਕਰਕੇ ਨਾ ਚਲੋ ਉੱਥੇ ਨਾ ਸਵੇਰੇ ਅਤੇ ਇੱਦਾਂ ਬਾਅਦ ਦਿਖਾਵਾਂਗੇ ਕੀ ਕਰਦੇ ਹਾਲ ਤਾਂ ਵੈਸੇ ਉਰੀ ਹਾਂ ਅਸੀਂ ਅਤੇ ਬਸ ਦਿਖਾਉਂਦੇ ਜੇ ਕੁਛ ਕੀਤਾ ਗੋਲਗੱਪੇ ਖਾਣੇ ਆ ਰੋਣ ਲੱਗ ਗਿਆ ਭਾਈ ਅਸੀਂ ਕਿਹਾ ਨਹੀਂ ਖਾਣੇ ਵੀ ਪਹਿਲਾਂ ਇਹਨੇ ਮੋਮੋਸ ਖਾਣ ਨੂੰ ਕਿਹਾ ਉਹ ਜਮੀ ਵਧੀਆ ਨਹੀਂ ਸੀ ਕੁਲਫੀ ਖਾਣ ਨੂੰ ਕਿਹਾ ਉਹ ਵੀ ਨਹੀਂ ਵਧੀਆ ਹੁਣ ਅਸੀਂ ਇਹਦੀ ਗੱਲ ਨਹੀਂ ਮੰਨਣੀ ਹੁਣ ਤੁਸੀਂ ਸਾਡੀ ਗੱਲ ਮੰਨੋ ਸੌਫਟੀਆਂ ਲਵੋ
ਕੌਫੀ ਆ ਨਹੀਂ ਲੈਣਾ ਯਾਰ ਯਾਰ ਲੈ ਲਾ ਨਹੀਂ ਲੈਣਾ ਜੱਫੀ ਵਾਲੀ ਐ ਜੱਫ ਨਾਲ ਲੈ ਚੱਲ ਇਹ ਲੈ ਕੇ ਚੱਲ ਅਰੇ ਇਹ ਨਾਲ ਲੈ ਚੱਲ ਸਰਾ ਕੀਤਾ ਵਿਆਹ ਦੇਖੋ ਨਵਾਂ ਖੁੱਲਿਆ ਕਹਿੰਦਾ ਰੰਗ ਰੰਗ ਪੰਜਾਬ ਪਤਾ ਨਹੀਂ ਚਾਚੇ ਹੋਣੀ ਕਹਿੰਦੇ ਚਾਚਾ ਚਾਚਾ ਨਵਾਂ ਖੁੱਲਿਆ ਓਏ ਪਤਾ ਨਹੀਂ ਕਹਿੰਦਾ ਲੈ ਸਰਾ ਕੀਤਾ ਵਿਆਹ ਦੇਖੋ ਆਹ ਦੇਖੋ ਇੱਧਰ ਓਏ ਆਹ ਦੇਖੋ ਸਰਾ ਕੀਤਾ ਵਿਆਹ ਯਾਰ ਇਹ ਚਾਚਾ ਜਾਂਦਾ ਕਿੱਧਰ ਨੂੰ ਆ ਲਈਦਾ ਜਾਣਾ ਤੂੰ ਆਹ ਲੋਕ ਬਾਹਰੀ ਫੋਟੋ ਫੋਟੋ ਵਜਾਉਣ ਲੱਗੇ ਪਏ ਆ ਮੇਰੇ ਮੁੰਡੇ ਨੂੰ ਚਾਚਾ ਸੋਹਣਾ ਲੱਗਦਾ ਇਹ ਦੇਖ ਚਾਚਾ ਲੇਟਾ ਜਾਂਦਾ ਵੀ ਸੋਹਣਾ ਲੱਗਦਾ फोटो बिपन बढ़ा के चाने अच्छा खड़ा टांपू चाने रंग पंजाब मेरे वीरो दमन होनी खुले यार पेन ने खुले चाचा कहना नवा खुलिया मैं लगता सी यार पहना यार बिपन बिठा यार बिपन चल तेरा भाई आ गया खड़ा बिपन तेरा भाई उस पहना फोटो खिचा खड़ा चप्पल पा दी फोटो खिंचने गल मार दे हाँ फोटो खिंच लागे लो मेरे वीरो नौजवान है पूरे थक चुके हैं तो किन्ने बज गए 12 बज चुके हैं तो बाजार से जमे दुकान दुकाना हम चक्कन लग गए हूँ मतलब इन्ना वो है नहीं ज़्यादा तो आप सवेरे उठा गए 3 बजे ला लगा दमन तो सवेरे उठ के ਕਹਿੰਦਾ ਉਰੇ ਨਾ ਆਵਾਂਗੇ ਕਮਰੇ 'ਚ ਗੁਰਦੁਆਰਾ ਉੱਥੇ ਗੁਰਦੁਆਰਾ ਇਸ਼ਨਾਨ ਕਰਾਂਗੇ ਅਤੇ ਮਤਲਬ ਹੁਣ ਆਪਾਂ ਸੌ ਜਾਈਏ ਟਾਈਮ ਨਾਲ ਤਾਂ ਹੀ ਉੱਠੂਗਾ ਨਹੀਂ ਤਾਂ ਗੱਡੀਆਂ ਉੱਠਣੀਆਂ ਨਹੀਂ ਸਟਾਰਟ ਨਹੀਂ ਹੋਣੀਆਂ ਤੁਹਾਨੂੰ ਸਵੇਰੇ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਅਤੇ ਹੁਣ ਦੇ ਟਾਟਾ ਬਾਏ ਬਾਏ ਗੁੱਡ ਨਾਈਟ ਖਤਮ ਗਿਆ ਗੁੱਡ ਮਾਰਨਿੰਗ ਇੰਡੀਆ ਆ ਦੇਖੋ ਮੂੰਹ ਅੱਡ ਹੋਏ ਕੌਣ ਨਿਕਲਣ ਲੱਗੇ ਅੱਡ ਮੂੰਹ ਓਏ ਬਿਪਨ ਮੂੰਹ ਅੱਡ ਕੌਣ ਨਿਕਲਣ ਲੱਗੇ ਇਹ ਚੋਬਰ ਉੱਠ ਚੁੱਕੇ ਨੇ ਮੇਰੇ ਵੀਰੋ ਅਤੇ ਇੱਕ ਚੋਬਰ ਨਹਾਉਣ ਗਿਆ ਹੋਇਆ ਅਤੇ ਦੋ ਚੋਬਰ ਲੱਗ ਗਏ ਨੇ ਫੋਨ 'ਤੇ ਸਵੇਰੇ ਸਵੇਰੇ ਵੈਸੇ ਮੈਂ ਵੀ ਲੱਗੀ ਗਿਆ ਪਰ ਮੈਂ ਲਾਉਣਾ ਹਾਂ ਨਾ ਤੋਂ ਵਿੱਚ ਚੱਲਦੇ ਹਾਂ ਆਪਾਂ ਗੁਰਦੁਆਰਾ ਸਾਹਿਬ ਅਤੇ ਉੱਥੇ ਵੀ ਇਸ਼ਨਾਨ ਕਰਨਾ ਜਾ ਕੇ ਵੈਸੇ ਤਾਂ ਉੱਠ ਗਿਆ ਹੋ ਨਹੀਂ ਰਿਹਾ ਔਖਾ ਹੀ ਆ ਕੰਮ ਪਰ ਉੱਠਣਾ ਤਾਂ ਪੈਣਾ ਹੈ ਕਿਹੜੇ ਪੇਪਰ ਨੂੰ ਉੱਠਣਾ ਤਾਂ ਪੈਣਾ ਉੱਪਰ ਲਾਈਟ ਲਾ ਦੇ ਅੱਖਾਂ 'ਚ ਪਊ ਮਾੜੀ ਖੁੱਲਣਗੇ ਅੱਖਾਂ ਤਾਂ ਹੀ ਬਣਿਆ ਦੇ ਲੱਗੀ ਬੈਠਾ ਮੈਨੂੰ ਏਡੀ ਬੈਠਾ ਠੰਡ ਦੱਸ ਗਿਆ ਬਿਪਨ ਨੂੰ ਯਾਰ ਠੰਡ ਮਾਨ ਯਾਰ ਆਹ ਦੇਖੋ ਸਰ ਮੁੱਛਾਂ ਚੜ੍ਹੀ ਬੈਠਾ ਚੜ੍ਹਦਾ ਲੈਣ ਦੇ ਪੱਟੂਆ ਲੈਣਾ